तू रो ना, तू मेनू अपनी माए समझ। ड्रामा नंबर एक नंबर दा, पहला रोजी भाभी ते हुण मम्मी। क्यों नहीं कहना हुण रिश्तेदारी निकली ओदे नाल। मेरी ते मिंदो दी बड़ी मुश्किल नाल बणन लगी सी ते हुण फेर सब कुछ उथल पुथल हो गया। उस दिन थोड़ी अलमारी चो की लभ रहे सी? ओए जवान संभाल के, कोई ना रोजी हुण मैं आ गया, हुण नहीं तैनू कोई कुछ कह सकदा। तुसी बड़े छुपा रुस्तम निकले, मैनू दस्या ही नहीं भी तुसी आउणा सी। मैं तो घर दे हालात देख के रहा नहीं गया, हुण तू फिकर ना कर, मैं तेरे नाल आ। तुसी इन्नी गल कहती ना, मेरी सारी टेंशन दूर हो गई। काश तुसी सच्ची आ जांदे। अड कमरा दिता ता होया, उथे बैठे इधर क्यों लिया हो? चुप करनी, यह गाह कोई किराएदार है भी अलग बैठूगी, यह इस घर की नौ आ, जिन्ना थोड़ा हक है ना उन्ना ही एदा। मम्मी थोनू पता भी तुसी की कह रहे हो? मैनू सारा ही पता, मैं की करदी हां ते की कहनी हां। मम्मी मैनू लगदा ना उम्र दे हिसाब दे नाल थोड़ा दिमाग काम नहीं करदा, जिहड़ा आह कुछ कर रहे हो ते बोलदे पए हो। मानप्रीत अपने तो वड्डे नू ऐ नहीं बोलीदा हुंदा। हुण मैनू इह दसोगी वी किवें बोलीदा ते किवें नहीं, जिन्हू आप बोलण दी अकल नहीं गी। बल्ले ओए तेरे, आ तां तैनूं पता वी आप तो वड्डे नू किवें बोलीदा किवें नहीं बोलीदा, पर तैनूं इह नहीं पता जदों मां ते धी आपस दे विच गल करदियां हुंदियां ने तां किसे दा विच बोलण दा कोई मतलब नहीं हुंदा। मिंदो मानप्रीत थोड़े ढंग नाल बोलो, थोनू किन्नी वार कहा इह वी इक घर दा हिस्सा। ਤੁਸੀਂ ਮੰਨਦੇ ਹੋਗੇ ਇਹਨੂੰ ਘਰ ਦਾ ਹਿੱਸਾ, ਪਰ ਅਸੀਂ ਨਹੀਂ। ਮਨਪ੍ਰੀਤ ਬਸ ਕਰਿਆ ਕਰ, ਨਾਲੇ ਮੈਂ ਅੱਜ ਤੋਂ ਬਾਅਦ ਇਹ ਕਹਿਤਾ ਗਗਨ ਨੂੰ ਕੋਈ ਨਹੀਂ ਕੁਛ ਬੋਲਿਆ ਕਰੂਗਾ। ਨਾਲੇ ਅੱਜ ਮੈਂ ਆਪਣੀ ਧੀ ਦਾ ਚਾ ਲਾਡ ਕਰਨਾ, ਸ਼ਗਨ ਕਰਨਾ, ਜਾ ਪੁੱਤ ਮਿੱਠਾ ਬਣਾ ਤੇ ਸਾਰਿਆਂ ਨੂੰ ਖਵਾ। ਠੀਕ ਹੈ ਮੰਮੀ ਜੀ, ਮੈਂ ਹੁਣੇ ਜਾਂਦੀ ਹਾਂ। ਮੈਂ ਰੋਜੀ ਨੂੰ ਕਹਿ ਦਿੰਦੀ ਹਾਂ, ਤੈਨੂੰ ਸਾਰਾ ਸਮਾਨ ਸਮਝਾ ਦਿੰਦੀ ਹੈ, ਕਿਹੜੀ ਚੀਜ਼ ਕਿੱਥੇ ਪਈ ਹੈ ਕਿੱਥੇ ਨਹੀਂ। ਕਿਚਨ ਚ ਵੜੀ ਵੀ ਨੀ ਤੇ ਮੈਨੂੰ ਮਿੱਠਾ ਬਣਾਉਣ ਨੂੰ ਕਹਿਤਾ। ਹਾਏ ਹੁਣ ਮੈਂ ਕੀ ਕਰੂੰ। ਮੰਮੀ ਬਹੁਤ ਹੋ ਗਿਆ ਹੁਣ, ਬਸ ਕਰ, ਤੁਸੀਂ ਅੱਗੇ ਵਧੀ ਜਾਂਦੇ ਹੋ। ਦੇਖ ਦੇਵ, ਅਮਰ ਦਾ ਵਿਆਹ ਅੱਜ ਨਹੀਂ ਤਾਂ ਕੱਲ ਕਰਨਾ ਹੀ ਸੀ, ਜੇ ਉਹਨੇ ਆਪਣੀ ਮਰਜ਼ੀ ਨਾਲ ਕਰਾ ਲਿਆ ਇਹਦੇ ਵਿੱਚ ਕੀ ਗਲਤ ਹੋ ਗਿਆ? ਵਾਹ ਬਹੁਤ ਵਧੀਆ, ਇਹ ਤਾਂ ਫਿਰ ਸ਼ਹਿ ਦੇਣ ਵਾਲੀ ਗੱਲ ਹੋ ਗਈ ਵੀ ਗਲਤੀ ਕਰ ਲਓ, ਮਾਫ਼ੀ ਤਾਂ ਮਿਲ ਹੀ ਜਾਣੀ ਆ। ਇਹਨਾਂ ਗੱਲਾਂ ਨੂੰ ਦਿਹਾੜਨ ਦਾ ਕੀ ਫਾਇਦਾ, ਇਹਨਾਂ ਗੱਲਾਂ ਤੇ ਮਿੱਟੀ ਪਾ ਜੇ ਆਪਣਾ ਘਰ ਸਹੀ ਰੱਖਣਾ। ਮੈਂ ਦਿਹੜ ਰਿਹਾ ਉਹ ਭਲੇ ਵਾਸਤੇ ਕਹਿੰਦਾ ਮੈਂ, ਉਹ ਜਦ ਇਹਨਾਂ ਦੀ ਆਹ ਗਲਤੀ ਨੂੰ ਦੇਖ ਕੇ ਬਾਕੀ ਘਰਦਿਆਂ ਨੇ ਗਲਤੀ ਕਰਨੀ ਸ਼ੁਰੂ ਕੀਤੀ ਉਦੋਂ ਵੀ ਆਹੀ ਗੱਲ ਕਹੋਗੇ? ਜਿੰਨਾ ਮਰਜ਼ੀ ਕਹਿ ਲਵਾਂ ਪਰ ਤੁਹਾਡੇ ਪੱਲੇ ਹਜੇ ਮੇਰੀ ਕੋਈ ਗੱਲ ਨਹੀਂ ਪੈਂਦੀ, ਜਦੋਂ ਸਾਹਮਣੇ ਆ ਗਈਆਂ ਨਾ ਉਦੋਂ ਪਤਾ ਲੱਗੂ। ਮੇਰੀ ਇੱਕ ਗੱਲ ਦਾ ਜਵਾਬ ਦੇ, ਜੇ ਮੁੰਡੇ ਨੇ ਗਲਤੀ ਕਰੇ ਲਈ ਹੁਣ ਖੂਹ ਚ ਧੱਕਾ ਦੇਣਾ ਉਹਨੂੰ? ਫੇਰ ਉਹੀ ਗੱਲ ਯਾਰ, ਉਹ ਮੰਮੀ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਉਹਨੂੰ ਖੂਹ ਚ ਧੱਕਾ ਮਾਰੋ, ਮੈਂ ਉਹਨੂੰ ਕਹਿੰਦਾ ਵੀ ਥੋੜਾ ਜਿਹਾ ਸੇਕ ਤਾਂ ਲੱਗਣ ਦੋ, ਔਰ ਉਹਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਉਹਨਾਂ ਨੇ ਗਲਤੀ ਕੀਤੀ ਆ,
ਉਹਨੂੰ ਅਹਿਸਾਸ ਤਾਂ ਹੋਣਾ ਚਾਹੀਦਾ ਇਸ ਗੱਲ ਦਾ। ਬੜਾ ਸੌਖਾ ਨਾ ਵਿਆਹ ਕਰਾਉਣਾ, ਐਂ ਤਾਂ ਜਣਾ ਖਣਾ ਹੀ ਇਹੀ ਕੁਛ ਕਰੂਗਾ। ਆਪਣੇ ਪਰਿਵਾਰ 'ਚ ਹੋਰ ਵੀ ਜੀ ਨੇ, ਕਿੰਨੀਆਂ ਰਿਸ਼ਤੇਦਾਰੀਆਂ ਨੇ, ਸਾਰੇ ਐਂ ਕਰਨ ਲੱਗ ਜਾਣਗੇ। ਉਹ ਜੇ ਅਮਰ ਨੂੰ ਕੁੜੀ ਇੰਨੀ ਹੀ ਪਸੰਦ ਸੀਗੀ, ਕਮ ਸੇ ਕਮ ਤੁਹਾਡੇ ਕੋਲੇ ਮੇਰੇ ਕੋਲੇ ਕਿਸੇ ਕੋਲੇ ਗਲਤਾਂ ਕਰਦਾ। ਪਰ ਜੇ ਉਹਨੇ ਗਲਤੀ ਕਰੇ ਲਈ ਆ ਤਾਂ ਆਪਾਂ ਸੁਧਾਰ ਵੀ ਤਾਂ ਸਕਦੇ ਹਾਂ, ਕਿਉਂ ਪਾਣੀ 'ਚ ਮਧਾਣੀ ਪਾਈ ਜਾਂਦਾ। ਪਾਣੀ 'ਚ ਮਧਾਣੀ ਤਾਂ ਹੁਣ ਪਏਗੀ, ਜਿਵੇਂ ਲੱਸੀ ਵੱਧਦੀ ਹੁੰਦੀ ਆ ਨਾ, ਹੁਣ ਗੱਲ ਵੀ ਵਧੂਗੀ। ਹੋਈ ਨਾ ਮਿੰਦੋ, ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਆਹ ਕਰ ਕੀ ਰਹੀ ਆ? ਜੋ ਕੁਛ ਮੈਂ ਤੇਰੇ ਨਾਲ ਕੀਤਾ ਉਹੀ ਤੂੰ ਗਗਨ ਨਾਲ ਕਰ ਰਹੀ ਆ। ਪਰ ਲੱਗਦਾ ਤੂੰ ਭੁੱਲ ਗਈ, ਉਹਦੇ ਮੂਹਰੇ ਮੈਂ ਖੜੀ ਆ, ਕੁਛ ਗਲਤ ਨਹੀਂ ਹੋਣ ਦਊਂਗੀ। ਗਲਤ ਕਰਨ ਦੀ ਆਦਤ ਮੈਨੂੰ ਵੀ ਨਹੀਂ, ਵੈਸੇ ਮੈਂ ਦੱਸਣਾ ਜ਼ਰੂਰੀ ਨਹੀਂ ਸਮਝਦੀ, ਪਰ ਫੇਰ ਵੀ ਦੱਸ ਹੀ ਦਿੰਨੀ ਆ। ਮੈਨੂੰ ਮੰਮੀ ਨੇ ਭੇਜਿਆ ਸੀ ਕਿ ਆਪਣੇ ਹਿਸਾਬ ਨਾਲ ਮਿੱਠਾ ਪਾਇਆ, ਤੇ ਮੈਂ ਉਹੀ ਪਾਉਣ ਲੱਗੀ ਸੀ। ਗਗਨ ਕਿੱਥੇ ਆ? ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਆ, ਤੇ ਨਾ ਹੀ ਮੈਂ ਪਤਾ ਕਰਨਾ ਚਾਹੁੰਦੀ ਆ। ਤੁਹਾਡੀ ਗਗਨ ਆ, ਆਪੇ ਦੇਖ ਲਓ ਕਿੱਥੇ ਆ, ਤੇ ਆ ਪਈ ਆ ਚੀਨੀ, ਆਪੇ ਪਾ ਲਿਓ। ਹੁਣ ਵੀਰੇ, ਭਾਬੀ ਹੁਣ ਕਿਵੇਂ ਕਰਨਾ? ਮੰਮੀ ਤਾਂ ਕਹਿੰਦੇ ਉੱਧਰ ਆ ਕੇ ਬੈਠੋ। ਮੈਂ ਦੱਸ ਹੁਣ ਕੀ ਦੱਸਾਂ? ਮੈਂ ਦੱਸਦਾ, ਮੰਮੀ ਨੇ ਕਿਹਾ ਤੁਸੀਂ ਦੋਨੇ ਜਾਓ, ਪਰ ਮੈਂ ਨਹੀਂ ਜਾਣਾ ਹੈਗਾ। ਪਰ ਵੀਰੇ, ਜੇ ਤੁਸੀਂ ਨਹੀਂ ਜਾਓ? ਮੈਂ ਜਿਹੜੀ ਗੱਲ ਕਹੀ ਆ, ਜਾਓ। ਆ ਲਓ ਮੰਮੀ ਜੀ, ਬਣਾ ਤਾ ਮਿੱਠਾ। ਲਿਆ ਪੁੱਤ। ਬਹੁਤ ਸਵਾਦ ਹੈ ਤਾਂ। ਬਹੁਤ ਸਵਾਦ ਹੈ, ਚੱਕੋ ਕਰੀਆਂ, ਤੁਸੀਂ ਕਿਉਂ ਨਹੀਂ ਚੱਕਦੀਆਂ? ਚੱਲ ਰੋ ਜੀ, ਚੱਕ। ਗਗਨ, ਬਹੁਤ ਸਵਾਦ ਆ, ਲੱਗਦਾ ਤੂੰ ਝੂਠ ਬੋਲਦੀ ਸੀ, ਮੈਂ ਤੈਨੂੰ ਬਣਾਉਣਾ ਨਹੀਂ ਆਉਂਦਾ ਕੁਛ। ਲੱਗੂ ਕਿਵੇਂ ਨੀ? ਮਤਲਬ ਵਿੱਚ ਜਾ ਕੇ ਮਹਿੰਦੋ ਭਾਬੀ ਨੇ ਜੋ ਹੱਥ ਲਾਇਆ ਸੀ। ਛੱਡ ਗਗਨ, ਤੂੰ ਮੂਡ ਨਾ ਖਰਾਬ ਕਰ, ਤੇਰਾ ਪਹਿਲਾ ਸ਼ਗਨ ਆ, ਤੇ ਜਾ ਕੇ ਦੇਵ ਨੂੰ ਵੀ ਦੇ ਆ। ਠੀਕ ਆ ਦੀਦੀ। ਮਿੱਠਾ ਖਾ ਲਓ ਜੀ, ਮੈਂ ਬਣਾਇਆ। ਮਿੰਦੋ ਦੀਦੀ ਨੇ ਵੀ ਖਾ ਲਿਆ ਤੇ ਮਨਪ੍ਰੀਤ ਨੇ ਵੀ ਖਾ ਲਿਆ, ਸਾਰਿਆਂ ਨੇ ਰੱਜ ਕੇ ਤਾਰੀਫਾਂ ਕੀਤੀਆਂ ਨੇ। ਹੁਣ ਤੁਸੀਂ ਵੀ ਗੁੱਸਾ ਛੱਡ ਦੋ ਤੇ ਖਾ ਲਓ। ਮੇਰੇ ਮੂੰਹ ਲੱਗਣ ਦੀ ਲੋੜ ਨਹੀਂ, ਤੁਰਦੀ ਬਣ ਇੱਥੋਂ। ਮੇਰੇ ਲਈ ਤੁਹਾਡੇ ਦਿਲ ਚ ਇੰਨਾ ਜ਼ਹਿਰ ਕਿਉਂ ਆ? ਮੈਂ ਤੈਨੂੰ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿਣਾ, ਚੁੱਪ ਕਰਕੇ ਇੱਥੋਂ ਚਲੀ ਜਾ। ਜੇ ਮੈਂ ਧੱਕੇ ਮਾਰ ਕੇ ਕੱਢਣ ਤੇ ਆ ਗਿਆ ਨਾ, ਮੈਂ ਤੈਨੂੰ ਘਰੋਂ ਹੀ ਕੱਢੂਗਾ। ਫਿਰ
पहला देखा, कोई देखता नहीं रहा। हाय, किन्नी मेहनत करनी पैंदी आ। साउ ते सुशील भी रहना पैंदा है, ते थोड़े नाल चुस्त ते चलाक भी। किन्निया कोशिशा कीतिया कि तुसी मान जो, पर किथे तुसी तो मैनू बाहर कढ़न दिया धमकिया देन ते आ गए। ते जे मैं अपनी आई ते आ गई ना, थोनू बाहर कढ़ाउण लग्या टाइम नहीं लगना। आ गई ना अपनी औकात ते, हुण तू मैनू घरों कढ़ाएंगी। औकात दी गल ना करे, ओ तां तू देख ही ले। थोड़े नाल हुण है ही कौन, ओ मनप्रीत ते ओहदा प्रौहणा बस। घर दे बाकी सारे मेरे नाल ने। मनप्रीत ने अज नहीं तो कल अपने घर चले ही जाना है, ते फिर तुसी रह गए कल्ले, ते थोनू बाहर कढ़ना कोई औखी गल नहीं। ਇਹ ਤਾਂ ਹੁਣ ਟਾਈਮ ਹੀ ਦੱਸੂਗਾ ਵੀ ਕੌਣ ਕਿਹਨੂੰ ਘਰੋਂ ਬਾਹਰ ਕੱਢਦਾ। ਜੇ ਤੈਨੂੰ ਕੱਲ ਤੱਕ ਕਿਸੇ ਘਰੋਂ ਬਾਹਰ ਨਾ ਕਢਵਾਇਆ ਤਾਂ ਮੇਰਾ ਨਾਂ ਵੀ ਦੇਵ ਨਹੀਂ। ਕੱਲ ਤੱਕ ਠੀਕ ਹੈ, ਮੈਂ ਕੱਲ ਤੱਕ ਵੇਟ ਕਰੂੰਗੀ। ਜੇ ਕੱਲ ਤੱਕ ਮੈਂ ਘਰੋਂ ਬਾਹਰ ਨਾ ਨਿਕਲੀ ਤਾਂ ਪਰਸੋਂ ਤੁਸੀਂ ਨਿਕਲੋਗੇ। ਦੇਖਦੇ ਆ ਫਿਰ ਕੱਲ ਤੱਕ ਕੌਣ ਬਾਹਰ ਨਿਕਲਦਾ। ਪਤਾ ਨਹੀਂ ਅਮਰ ਤੇਰੇ ਵਰਗੀ ਡਰਾਮੇਬਾਜ਼ੀ ਕਿੱਥੋਂ ਚੱਕ ਲਿਆ ਹੈ। ਨੈੱਟ ਤੋਂ। ਕੀ ਕਿਹਾ ਤੂੰ ਹੁਣੇ? ਮੇਰਾ ਮਤਲਬ ਨੈੱਟ ਤੇ ਗੱਲਾਂ ਬਾਤਾਂ ਹੋਈਆਂ, ਉੱਥੋਂ ਮਿਲਿਆ ਸੀ। ਹੋਰ ਕੁਝ ਪਤਾ ਕਰਨਾ? ਅਮਰਤਾ ਕਹਿੰਦਾ ਸੀ ਮੈਨੂੰ ਧਮਕੀ ਦਿੱਤੀ ਆ ਕਿ ਕੱਲ ਤੱਕ ਤੈਨੂੰ ਇੱਥੇ ਰਹਿਣ ਨਹੀਂ ਦੇਣਾ। ਰਹਿਣਾ ਤਾਂ ਮੈਂ ਵੀ ਨਹੀਂ ਚਾਹੁੰਦੀ, ਬਸ ਇੱਕ ਵਾਰ ਅਮਰ ਨੂੰ ਉਹਦਾ ਹੱਕ ਮਿਲ ਜੇ। ਜੇ ਉਹਨੂੰ ਮਿਲੂਗਾ ਤਾਂ ਤਾਂ ਸਾਨੂੰ ਮਿਲੂ। ਦੇਖ ਪੁੱਤ, ਅਮਰ ਨੇ ਅੱਜ ਨਹੀਂ ਤਾਂ ਕੱਲ ਵਿਆਹ ਕਰਨਾ ਹੀ। ਦੇਖ ਅਮਰ, ਅੱਜ ਨਹੀਂ ਤਾਂ ਕੱਲ ਅਮਰ ਦਾ ਵਿਆਹ ਕਰਨਾ ਹੀ ਸੀ। ਦੇਖ ਪੁੱਤ, ਅੱਜ ਨਹੀਂ ਤਾਂ ਕੱਲ ਅਮਰ ਦਾ ਵਿਆਹ ਕਰਨਾ ਹੀ ਸੀ। ਮੈਂ ਵੀ ਦੇਖ ਰਹੀ ਹਾਂ। ਦੇਖ ਅਮਰ, ਅੱਜ ਨਹੀਂ ਤਾਂ ਕੱਲ ਦੇਵ ਦਾ ਵਿਆਹ ਕਰਨਾ ਹੀ ਸੀ। ਅਮਰ ਦਾ ਦੇਖ, ਦੇਵ ਅਮਰ ਦਾ ਵਿਆਹ ਕਰਨਾ ਹੀ ਸੀ ਅੱਜ ਨਹੀਂ ਤਾਂ ਕੱਲ। 1 2 3 ਤੇਰੀ ਮੋਮ ਨਹੀਂ ਮੈਂ ਤੇ। ਦੇਖ ਦੇਵ, ਦੇਖ ਇਹਨਾਂ ਗੱਲਾਂ ਨੂੰ ਦੇੜਨ ਦਾ ਕੀ ਫਾਇਦਾ ਜੇ ਇਹਨਾਂ ਇਹਨਾਂ ਗਗਨ ਮੇਰੀ ਗੱਲ ਸੁਣ। ਸਿਰ ਕੜਛੀ ਲਾਉਣੀ, ਖਾਣ ਨਾ ਲੱਗੀ। ਆਪ ਵੀ ਸਾਰਾ ਕੁਛ ਖਾ ਗਿਆ ਨਾ। ਦੇਖੀ ਅਜੇ ਤਾਂ ਮੈਂ ਉਹਨੂੰ ਰੱਖਿਓ ਵੀ ਗੱਲ ਕਰ ਰਹੀ ਸੀ। ਅੱਛਾ ਪਤਾ ਤੂੰ ਕਿ ਮੇਰੀ ਆਰਾਮ ਨਹੀਂ ਕਰਦਾ। ਬਸ ਕਰ, ਸਾਰਾ ਖਤਮ ਕਰ ਦਾ। ਨਹੀਂ ਖਾ ਲਓ, ਪਹਿਲਾਂ ਤੁਸੀਂ ਖਾ ਲਓ। ਹਾਂ ਮੈਂ ਨਾ ਤੇਰੇ ਵੀਰਾਂ ਨੂੰ ਫਟਾਫਟ ਕਿਹਾ, ਮੈਂ ਕਿਹਾ ਜਸ਼ਨ ਦੇਖੋ, ਮੈਂ ਕਿਹਾ ਕੀ ਕਰੀ ਜਾਂਦੇ ਜਸ਼ਨ, ਦੇਖੋ ਕੀ ਕਰੀ ਜਾਂਦੇ। ਇਹਨੇ ਨਹੀਂ ਕੀਤਾ ਹਨਾ ਦੋ ਵਾਰੀ, ਤੇ ਇਹ ਕਹਿੰਦੇ ਇਹ ਵੀ ਦੇਖੀਏ, ਬੋਲੇ ਕੁਛ ਨੀ। ਇਹਦੀ ਹੁਣ ਇੱਕਦਮ ਸਾਡੇ ਵੱਲ ਪਈ ਵੀ ਮੈਨੂੰ ਦੇਖਦੇ ਪਏ ਨੇ ਹਨਾ, ਫਿਰ ਹੱਸ ਪਈ। ਇਹ ਕਹਿੰਦਾ ਸੀ ਨਾ ਤੈਨੂੰ ਦੇਖੀ ਇਹਨੇ ਕੀ ਕਰਦੇ, ਕਹਿੰਦੀ ਮੈਂ ਤਾਂ ਆਪਣੀ ਜੀਵ ਲਾ ਕੇ ਲੱਗੂਗੀ, ਮੈਨੂੰ ਵੀ ਨਹੀਂ, ਮੈਨੂੰ ਡਰਾ ਕੇ ਤਾਂ ਬਾਬੇ ਦੀ ਲੁੱਕ ਚ ਦਾੜੀ ਕਟਾਉਣੀ ਹੈ। ਹੁਣ ਮੇਰੀ ਘਰ ਵਾਲੀ ਨੂੰ ਮੈਂ ਬਾਬਾ ਲੱਗਦਾ? ਮੇਰਾ ਘਰ ਵਾਲਾ ਮੇਰਾ ਪਤੀ ਹੈ ਨਾ, ਬਾਬਾ ਮੇਰਾ ਪਰਮੇਸ਼ਵਰ ਹੈ। ਬਾਬਾ ਜੀ ਕਹੇ ਮੈਨੂੰ ਲੱਗੀ ਭੁੱਖ, ਮੈਂ ਰੋਟੀ ਮਨ ਬੈਠ ਜਾਣਾ। ਓਏ ਖਵਾਓ ਤੜੀ, ਉਹ ਭੁੱਖ ਪਈ ਆ। ਇਹ ਨਾ ਦਾਦਾ ਵਰਤ ਨਹੀਂ ਰੱਖਿਆ, ਮੈਂ